बस जिवें रखना नहीं चाहते। तो कल मैं बैठी सां, बच्चा कितनी उम्र सी? मेरा बच्चा 2 तरीक नूं दो महीने दा होना सी। ते किन्ने मारिया? किन्ने? मेरी सस ने मेरे तो खो के ते बैड ते चला के मारिया मेरा बच्चा। ते मैनूं नहीं पता उन्हूं सिर दी सट लगी आ जां किवें भी। कुड़ी जदों घरे लैके आए सारी रात मुंडा रोंदा रहा घरे, ते उस तों बाद सुबह ही हस्पताल लैके आए ते मुंडे दी जान लग गई। सस ने मारे? सस ने मारिया चला के बैड दा मारे। हूँ परसों ही गई है जे इतों, तो कल आँधी मैं उठी लेट आ, मुंडा सुता नहीं, तो आँधी तू उठती नहीं, तू इंज नहीं करती, तो मेरे नाल लड़न बोलन लग गया, तो कुटन लग गया तिने जी। ये आँधी मैं मुंडा चक के उन्हें बैड से मारिया, मुड़ के इन्हू कुटिया, मैंने उन्हें टिकल नहीं दिता, फोन से फोना कुड़ी लै जा। बस मैंने ये कहें कि मुंडा सी मतलब तेरा ना लै देना कि तू मुंडा मारिया। इसकी मौत का जिम्मेवार कौन है? मेरी सास। की कहना चाहती? मेरा घर वाला ते मेरा सोहरा तिने जने। की तो ना रखना नहीं चाहते? नहीं रखना चाहते। ਇਹਨਾਂ ਕੱਲ੍ਹ ਜਿੱਥੋਂ ਮੁੰਡਾ ਹੋਇਆ ਜਦੋਂ ਲੈ ਕੇ ਗਏ ਨੇ ਇਹਦਾ ਮਾਂ ਪਿਓ ਦਾ, ਅਤੇ ਇਹਨਾਂ ਨੇ ਕੁੱਟਮਾਰ ਕੀਤੀ ਤਿੰਨਾਂ ਨੇ, ਮੁੰਡੇ ਨੇ ਵੀ, ਇਹਦੀ ਮਾਂ ਨੇ ਵੀ, ਪਿਓ ਨੇ। ਇਹਨਾਂ ਨੇ ਉਲਟਾ ਕੁੱਟ ਕੇ ਫਿਰ ਫੋਨ ਕਰ ਦਿੱਤਾ, ਕਹਿੰਦੇ ਕੁੜੀ ਆਪਦੀ ਲੈ ਜਾਓ। ਮੁੰਡਾ ਭਜਾ ਕੇ ਲੈ ਗਿਆ ਪਹਿਲਾਂ ਮੇਰੀ ਕੁੜੀ ਨੂੰ, ਅਸੀਂ ਥਾਣੇ ਦੇ ਵਿੱਚ ਰਿਪੋਰਟ ਕਰਕੇ ਅਤੇ ਅਸੀਂ ਕੁੜੀ ਤੋੜ ਦਿੱਤੀ। ਹੁਣ ਕੇ ਕੁੜੀ ਨੂੰ ਜਾਂਦਿਆਂ ਦਿਨ ਟੱਪ ਕੇ ਕੁੜੀ ਨੂੰ ਉੱਥੇ ਇਹਨਾਂ ਨੇ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ। ਹਾਂਜੀ, ਕੀ ਨਾਂ ਤੁਹਾਡਾ ਜੀ? ਸੰਜਨਾ ਮੇਰਾ ਨਾਮ। ਕੀ ਹੋਇਆ ਕੀ ਸੀ ਬੱਚੇ ਨੂੰ? ਬੱਚੇ ਨੂੰ ਕੁਛ ਨਹੀਂ, ਕੱਲ੍ਹ ਮੈਂ ਲੇਟ ਉੱਠੀ ਸੀ ਅਤੇ ਮੇਰਾ ਮਤਲਬ ਮੈਂ ਚਾਹ ਨਹੀਂ ਸਵੇਰੇ ਬਣਾਈ, ਉਵੇਂ ਮੈਂ 4 ਵਜੇ ਉੱਠ ਕੇ ਮੈਂ ਅੱਧ ਘਰ ਵਾਲੇ ਨੂੰ ਵੀ ਭੇਜਦੀ, ਬੱਚਾ ਵੀ ਸਾਂਭਦੀ, ਘਰ ਦਾ ਕੰਮ ਵੀ ਸਾਂਭਦੀ ਹਾਂ, ਅਤੇ ਬਸ ਜਿਵੇਂ ਰੱਖਣਾ ਨਹੀਂ ਚਾਹੁੰਦੇ। ਅਤੇ ਕੱਲ੍ਹ ਮੈਂ ਬੈਠੀ ਸਾਂ। ਬੱਚਾ ਕਿੰਨੀ ਉਮਰ ਸੀ? ਮੇਰਾ ਬੱਚਾ 2 ਤਰੀਕ ਨੂੰ 2 ਮਹੀਨਿਆਂ ਦਾ ਹੋਣਾ ਸੀ। ਛੋਟਾ ਬੱਚਾ ਸੀ? ਹਾਂਜੀ। ਅਤੇ ਕਿੰਨੇ ਮਾਰਿਆ? ਕਿੰਨੇ? ਮੇਰੀ ਸੱਸ ਨੇ ਮੇਰੇ ਤੋਂ ਖੋਹ ਕੇ ਅਤੇ ਬੈੱਡ 'ਤੇ ਚਲਾ ਕੇ ਮਾਰਿਆ ਮੇਰਾ ਬੱਚਾ। ਅਤੇ ਮੈਨੂੰ ਨਹੀਂ ਪਤਾ ਉਹਨੂੰ ਸਿਰ ਦੀ ਸੱਟ ਲੱਗੀ ਆ ਜਾਂ ਕਿਵੇਂ ਵੀ। ਬਸ ਮੈਨੂੰ ਇਹ ਕਹਿੰਦੇ ਸੀ ਕਿ ਮੁੰਡਾ ਸੀ ਮਤਲਬ ਤੇਰਾ ਨਾਂ ਲੈ ਦੇਣਾ ਕਿ ਤੂੰ ਮੁੰਡਾ ਮਾਰਿਆ। ਇਹਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ? ਮੇਰੀ ਸੱਸ। ਅਤੇ ਕੀ ਕਹਿਣਾ ਚਾਹੁੰਦੀ? ਤੁਹਾਨੂੰ ਮੇਰਾ ਘਰ ਵਾਲਾ ਅਤੇ ਮੇਰਾ ਸਹੁਰਾ ਤਿੰਨੇ ਜਣੇ। ਕੀ ਤੁਹਾਨੂੰ ਰੱਖਣਾ ਨਹੀਂ ਚਾਹੁੰਦੇ? ਨਹੀਂ ਰੱਖਣਾ ਚਾਹੁੰਦੇ। ਪਹਿਲਾਂ ਵੀ ਇਹਨਾਂ ਨੇ ਮੁੰਡਾ ਪਾਸ ਮੇਰੇ ਘਰ ਵਾਲੇ ਨੂੰ ਪਾਸੇ ਕਰ ਲਿਆ ਸੀ, ਮੈਂ 9 ਮਹੀਨਿਆਂ ਦੀ ਮੰਮੀ ਕੋਲ ਕੱਟੇ ਆ, ਅਤੇ ਹੁਣ ਮਿੱਠੇ ਹੋ ਕੇ ਮੈਨੂੰ ਲੈ ਗਏ ਸੀ ਅਮਰ ਹੋਸਪਿਟਲ, ਘਰੇ ਨਹੀਂ ਅਜੇ ਮੈਂ ਉਦੋਂ ਗਈ ਸੀ। ਪਹਿਲਾਂ ਵੀ ਕੋਈ ਲੜਾਈ ਝਗੜਾ ਰਹਿੰਦਾ? ਹਾਂਜੀ, ਪਹਿਲਾਂ ਵੀ ਐਂ ਸੀ, ਅਤੇ ਮੇਰੇ ਘਰ ਵਾਲੇ ਨੇ ਬੁੜੀ ਪਾਸੇ ਰੱਖੀ ਆ, ਅਤੇ ਇਹਨਾਂ ਸਾਰੇ ਜੀਆਂ ਨੂੰ ਪਤਾ, ਅਤੇ ਮੈਨੂੰ ਰੱਖਣਾ। ਤੁਹਾਡੇ ਘਰ ਵਾਲੇ ਦਾ ਨਾਮ ਕੀ ਹੈ? ਮਨਪ੍ਰੀਤ ਸਿੰਘ। ਕਿੱਥੇ ਰਹਿੰਦੇ ਤੇ? ਪਿੰਡ ਜਖਲਾਵਾਂ। ਹੈ? ਪਿੰਡ ਜਖਲਾਵਾਂ, ਪੱਲੇ ਮੇਗੇ ਤੋਂ। ਪੱਲੇ ਮੇਗੇ? ਹਾਂਜੀ। ਅੱਛਾ, ਹੁਣ ਤੁਸੀਂ ਕੀ ਮੰਗ ਕਰਦੇ ਹੋ? ਬਸ ਮੇਰੇ ਬੱਚੇ ਦਾ ਇਨਸਾਫ ਮੈਨੂੰ ਚਾਹੀਦਾ। ਛੋਟਾ ਬੱਚਾ ਸੀਗਾ, ਡੈਥ ਹੋ ਗਈ? ਹਾਂਜੀ। ਮੇਰਾ ਨਾਂ ਸੋਨੂੰ। ਹਾਂ, ਕੀ ਹੋਇਆ ਸੀ ਜਿਹੜਾ ਬੱਚੇ ਨੇ ਕਿੰਨੇ ਮਾਰਿਆ? ਇਹ ਨਾ ਕੱਲ੍ਹ ਜਿੱਥੋਂ ਮੁੰਡਾ ਹੋਇਆ ਜਦੋਂ ਲੈ ਕੇ ਗਏ ਨੇ ਇਹਦਾ ਮਾਂ ਪਿਓ ਦਾ, ਅਤੇ ਇਹਨਾਂ ਨੇ ਕੁੱਟਮਾਰ ਕੀਤੀ ਤਿੰਨਾਂ ਨੇ, ਮੁੰਡੇ ਨੇ ਵੀ, ਇਹਦੀ ਮਾਂ ਨੇ ਵੀ, ਪਿਓ ਨੇ। ਇਹਨਾਂ ਨੇ ਉਲਟਾ ਕੁੱਟ ਕੇ ਫਿਰ ਫੋਨ ਕਰ ਦਿੱਤਾ, ਕਹਿੰਦੇ ਕੁੜੀ ਆਪਦੀ ਲੈ ਜਾਓ। ਕੁੜੀ ਜਦੋਂ ਘਰੇ ਲੈ ਕੇ ਆਏ ਸਾਰੀ ਰਾਤ ਮੁੰਡਾ ਰੋਂਦਾ ਰਿਹਾ ਘਰੇ, ਅਤੇ ਉਸ ਤੋਂ ਬਾਅਦ ਸੁਬਹ ਹੀ ਹਸਪਤਾਲ ਲੈ ਕੇ ਆਏ ਤਾਂ ਮੁੰਡੇ ਦੀ ਜਾਨ ਲੱਗ ਗਈ। ਸੱਸ ਨੇ ਮਾਰੇ? ਸੱਸ ਨੇ ਮਾਰਿਆ ਚਲਾ ਕੇ ਬੈੱਡ ਦਾ ਮਾਰੇ। ਪਤਾ ਨਹੀਂ ਸੱਟ ਕਿੱਥੇ ਲੱਗੀ ਕਿੱਥੇ ਨਹੀਂ। ਹੁਣ ਕੀ ਮੰਗ ਹੈ ਪ੍ਰਸ਼ਾਸਨ? ਬਸ ਸਾਡੀ ਤਾਂ ਇਹੀ ਮੰਗ ਹੈ, ਸਾਨੂੰ ਇਨਸਾਫ਼ ਚਾਹੀਦਾ। ਪੁਲਿਸ ਨੇ ਕਾਰਵਾਈ ਕਰਤੀ? ਕਿ ਪੁਲਿਸ ਨੇ ਹਾਲੇ ਤਾਂ ਕੋਈ ਕਾਰਵਾਈ ਨਹੀਂ। ਹੁਣ ਕੀ ਮੰਗ ਹੈ ਪ੍ਰਸ਼ਾਸਨ ਤੋਂ? ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ? ਬਸ ਸਾਨੂੰ ਇਹਨਾਂ ਇਨਸਾਫ਼ ਚਾਹੀਦਾ ਇਹਨਾਂ ਤੋਂ। ਕਿੱਥੇ ਰਹਿਣ ਵਾਲੇ? ਕਿੱਥੋਂ ਰਹਿਣ ਵਾਲੇ ਤੁਸੀਂ? ਅਸੀਂ ਜਨਤਾ ਪ੍ਰੀਤ ਨਗਰ ਦੇ ਰਹਿਣ ਵਾਲੇ। ਹਾਂ, ਕਿੰਨੀ ਦੇਰ ਹੋ ਗਈ ਤੁਹਾਡੀ ਲੜਕੀ ਵੇਹੀ ਨੂੰ? ਲੜਕੀ ਨੂੰ 1 ਸਾਲ ਹੋ ਚੱਲਿਆ। ਇਹਨੇ ਕੁੜੀ ਨੂੰ ਸਾ ਮੇਰੀ ਨੂੰ ਪਹਿਲਾਂ ਕਿੱਥੇ ਵੇਹੀ ਸੀ? ਜਖਲਾਵਾਂ ਤੇ ਮੁੰਡਾ ਭਜਾ ਕੇ ਲੈ ਗਿਆ ਪਹਿਲਾਂ ਮੇਰੀ ਕੁੜੀ ਨੂੰ, ਅਸੀਂ ਥਾਣੇ ਦੇ ਵਿੱਚ ਰਿਪੋਰਟ ਕਰਕੇ ਅਤੇ ਅਸੀਂ ਕੁੜੀ ਤੋੜ ਦਿੱਤੀ। ਹੁਣ ਕੇ ਕੁੜੀ ਨੂੰ ਜਾਂਦਿਆਂ ਦਿਨ ਟੱਪ ਕੇ ਕੁੜੀ ਨੂੰ ਉੱਥੇ ਇਹਨਾਂ ਨੇ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ।
मैनू आंदे सी लै जा मैं तीन महीना तो मैं एक बार कुड़ी लै आई मुड़ के फिर लै गया। फिर इनकी सस ने तीन महीने से कुड़ी नू इन्हां ने अल्ट्रासाउंड कराई है। कुड़ी दी मेरी दा आधार कार्ड भी उत्थे सीदा ते अल्ट्रासाउंड भी लकोल ही है ते कुड़ी दे ढिड च लत्तां मारदी रही कि बच्चा मर जावे। उदों मेरी कुड़ी मेरे कोल रही है 6 महीने आके। फिर इन्हां ने मुंडा फोन करदा रहा इन्हें कमरा किराए ते ले लिया याद नाल तो ये मुंडा इन्होंने महीना नहीं रहन दिता उन्होंने मुंडा लकोलिया। फिर तीन हूँ 6 महीना तो कुड़ी मेरे को सी मैं असी थाने रिपोर्ट की है भी साढ़े कुड़ी ने इन्होंने मुंडा आप लकोया तो साड़ी कुड़ी ने बच्चा होने वाला लैके नहीं जाते। हूँ की गल हुई हूँ है मेरी कुड़ी असी एक बार तो लै गए नहीं मुंडे हूँ ये परसों ही गई है जे इतों तो कल आँदी मैं उठी लेट हाँ मुंडा सुता नहीं आँदी तू उठती नहीं तू इंज नहीं करती तो मेरे न लड़न बोलन लग गया तो कुटन लग गया तिने जी इन्हें मैं मुंडा चक के उन्हें बैड से मारिया मुड़ के इन्हू कुटिया मैंने उन्हें टिकल नहीं दिता फोन से फोन आपकी कुड़ी लै जा आपकी कुड़ी लै जाए साढ़े घरों भाज मुंडे की मौके की डेथ हो गई। नहीं नहीं असं फिर राती लै आँदी ना एक बार मुंडा रात में रोंदा रहा सारी रात टिकया नहीं गया। मैं तड़के फोन किया इनकी सास नूं मैं कहा मुंडा साडा ना भी मुंडा पुठियां अखां करदा टिकया नहीं कहिंदी अगे भी इवें करदा। किन्नी उम्र सी मुंडे मुंडे दे 2 तरीक नूं 2 महीनां दा हो जाणा छोटा बच्चा ते इह आंदी मैं तां कम्म ते गई चलिया आंदी मम्मी मैं मुंडा लै के नहा धोआ के एड्डा सोहणा खेडिया मेरी झोली च इंज पिया ते मुंडा नीला हो गया ते फटाफटा मेरी भैण के घरे गई आंदी मेरे मुंडे नूं पता नहीं की हो गया ते जे असीं हस्पताल लै के गए ते उन्होंने डाक्टर ने दस्सिया कि बच्चे दी डैथ हो गई। हुण ते इहदा जिम्मेवार कौन जिम्मेवार को असी सासी है। फिर जो कुटना जो पहला मेरी धी रखना नहीं चाहता चला के मारिया जो बच्चे दे रात दे असी क्या कितने वैसे रोंदा हूँ सानू की पता है सानू तो इंसाफ चाहिए कल साड़ी मां कोई बच्चे मार सकती सस के ना कहती कितनी देर हो गई ब्याह होए साल को चले कितने बच्चे हैं पहली बच्चे मारता मार ही दिता उन्होंने मंग साड़ी पुलिस से सानू इंसाफ चाहिए मेरी धी का बच्चा इन्होंने मार की बच्चे की किस तरह डेथ हुई थी छोटा बच्चा कितनी उम्र का सी मिति 29/4/2021 जिहड़े बच्चे की कल डैथ हो गई है और लड़की ने बयान अच्छ अपना लिखाया 1/5/2021 संजना पत्नी मनप्रीत सिंह इन्हों का जो प्रेम विआह होया और इनका सहुरा परिवार है जोड़ा लड़की चंगा नहीं समझते सर एक्सैप्ट नहीं कर रहे थे तो इस करके इन्हों का हमेशा ही झगड़ा करने पहले भी रहता सी लड़की ने बयान से जो लिखाया और इसे झगड़े दौरान ही उसकी सस सुखचैन कौर ने जिहड़ा बच्चा 2 महीनों का बच्चा अनमोलप्रीत सिंह अनमोलदीप सिंह उसको बैड उपर सुट दिता सुटन करके काफ़ी रो रहा सी ते फिर इसको जिहड़ा सिविल हस्पताल फिरोजपुर एडमिट कराया जिथे डॉक्टर ने मृत घोषित FIR दर्ज हो गई। हाँ जी 304/506 और 34 IPC FIR दर्ज करके कार्रवाई दोषियों की भाल जारी। बिल्कुल सच ज्योतिष एक विद्या एक साइंस एस्ट्रोलॉजर बाबा धर्मिंदर जी दा सारी दुनिया नू खुला चैलेंज कि तुसी जिंदगी दी किसी भी समस्या तो परेशान हो कि तुहाडे व्याह विच हो रही है देरी कि तुसी संतान सुख तो वांझे हो कि तुहानू तुहाडा मनचाहा प्यार नहीं मिल रहा कि तुसी लाउणा चाहुंदे हो लॉटरी दा सही नंबर कि तुहानू नौकरी नहीं मिल रही कि तुहाडा वीजा नहीं लग रहा कि तुसी विदेश च पक्का होना चाहुंदे हो धन दी कमी बीमारी तो परेशानी घर बैठे बिठाए ही किया जाएगा तुहाडी समस्या दा समाधान फीस कम होने तों बाद इन्हां सारियां समस्यावां दे पक्के हल्ले एक बार जरूर मिलो एस्ट्रोलॉजर बाबा धर्मिंदर जी नूं जो करदे ने मुफ्त सेवा मुफ्त समाधान।